ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਦਾ ਅਨਦਰ ਬਲੌਗ। ਅਤੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਮਨੀਕਰਨ ਦੀ ਯਾਤਰਾ ਅਤੇ ਸੋਲੋ ਰਾਈਡ ਆ। ਉਹ ਮੋਟਰਸਾਈਕਲ ਖੜ੍ਹਾ ਆ, 100cc ਬਾਈਕ ਆ। ਅਤੇ ਸਾਰੇ ਜਣੇ ਪਿਆਰ ਦਿਓ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਸੀਰੀਜ਼ ਆਊਗੀ ਪੂਰੀ, ਪਾਰਟਸ ਦੇ ਵਿੱਚ ਵੀਡੀਓ ਪਾਵਾਂਗੇ। ਅਤੇ ਗੁਰੂ ਘਰ ਦੇ ਦਰਸ਼ਨ ਕਰਨ ਆਏ ਸੀਗੇ ਆਪਾਂ, ਅਰਦਾਸ ਬੇਨਤੀ ਦਰਸ਼ਨ ਕਰ ਲਏ ਆ, ਹੁਣ ਆਪਾਂ ਚਾਲੇ ਪਾਵਾਂਗੇ। ਤਕਰੀਬਨ ਸਵੇਰ ਦੇ 4:30 ਦਾ ਟਾਈਮ ਹੋ ਗਿਆ ਆ। ਅਤੇ ਪਹਿਲਾਂ ਆਨੰਦਪੁਰ ਸਾਹਿਬ ਮੱਥਾ ਟੇਕਾਂਗੇ, ਉਹ ਤੋਂ ਬਾਅਦ ਦੇਖਾਂਗੇ ਅੱਗੇ ਦਾ ਕੀ ਪ੍ਰੋਗਰਾਮ ਆ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਆਪਾਂ ਪੁਲ ਤੋਂ ਸਿਰਫ 1.5 ਕਿਲੋਮੀਟਰ ਪਿੱਛੇ ਆ, ਅਤੇ ਪਿੱਛੇ ਵਾਲੀ 8 ਕਿਲੋਮੀਟਰ ਸੜਕ ਬਹੁਤ ਜ਼ਿਆਦਾ ਖਰਾਬ ਸੀਗੀ, ਇਸ ਕਰਕੇ ਉੱਥੇ ਵੀਡੀਓ ਵੀ ਨਹੀਂ ਬਣਾਈ ਹੈਗੀ। ਇਹ ਵੀ ਠੀਕ ਆ, ਹੁਣ ਆਪਾਂ ਕਹਾਂ ਜਾ ਰਹੇ ਹਾਂ। ਦੋਸਤੋ, ਇਸ ਟਾਈਮ ਆਪਾਂ ਖੜ੍ਹੇ ਹਾਂ ਰੋਪੜ ਹਾਈਵੇ ਦੇ ਉੱਤੇ, ਜਿਹੜਾ ਨਵਾਂ ਸ਼ਹਿਰ ਨੂੰ ਨਿਕਲਦਾ ਆ। ਅਤੇ ਆਹ ਜਿਹੜਾ ਸਾਹਮਣੇ ਵਾਲਾ ਰੋਡ ਆ ਲਾਈਟਾਂ ਵਾਲਾ, ਇਹ ਜਾਂਦਾ ਆਨੰਦਪੁਰ ਸਾਹਿਬ ਨੂੰ, ਇਹ ਚਲ ਜਾਂਦਾ ਮਰਿੰਡੇ ਨੂੰ। ਅਤੇ ਆਹ ਵਾਲਾ ਰੋਡ ਹੈਗਾ, ਇਹ ਰੋਪੜ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਨਵੇਂ ਸ਼ਹਿਰ ਨੂੰ। ਅਤੇ ਇੱਧਰੋਂ ਆਪਾਂ ਵਾਪਸ ਆਇਆ, ਪਿੱਛੋਂ ਆਪਾਂ ਜਾਣਾ ਸਿੱਧਾ। ਅਤੇ ਮੱਛਰ ਬਹੁਤ ਸੀਗਾ ਰਾਹ 'ਚ, ਤਾਂ ਕਰਕੇ ਵੀਡੀਓ ਵਗੈਰਾ ਵੀ ਨਹੀਂ ਬਣੀ। ਨਹਿਰ ਪੂਰੀ ਭਰੀ ਹੋਈ ਆ, ਅਤੇ ਨਹਿਰ ਦੇ ਵਿੱਚ ਲਾਲ ਪਾਣੀ ਆ, ਮਤਲਬ ਸ਼ਾਇਦ ਮੀਂਹ ਪੈ ਰਿਹਾ ਵਾ ਅੱਗੇ ਪਹਾੜ ਦੇ ਵਿੱਚ। ਬਾਕੀ ਦੇਖਦੇ ਹਾਂ ਜਾ ਕੇ ਕਿੱਦਾਂ ਵਾ ਹੁਣ ਸਿਸਟਮ, ਅਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਗਰਮੀ ਬਹੁਤ ਆ, ਮੌਸਮ ਦੇਖ ਲਓ ਪਿੱਛੇ ਦਾ, ਰੋਡ ਲਗਭਗ ਖਾਲੀ ਨੇ ਸਾਰੇ, ਅਤੇ ਬਾਈਕ ਅਤੇ ਰੋਪੜ ਪਹੁੰਚ ਗਏ ਆਪਾਂ। ਰੋਪੜ ਤੋਂ ਬਾਅਦ ਹੁਣ ਸਿੱਧਾ ਆਨੰਦਪੁਰ ਸਾਹਿਬ ਰੁਕਾਂਗੇ ਜਾ ਕੇ, ਅਤੇ ਬੰਦੇ ਇੰਤਜ਼ਾਰ ਕਰ ਰਹੇ ਨੇ ਗਾਹਾਂ। ਕੀਰਤਪੁਰ ਸਾਹਿਬ ਪਹੁੰਚ ਗਏ ਹਾਂ, ਅਤੇ ਆਹ ਬੋਰਡ ਦੇਖ ਲਓ, ਸ਼੍ਰੀ ਆਨੰਦਪੁਰ ਸਾਹਿਬ ਮਨਾਲੀ ਅਤੇ ਨੰਗਲ। ਆਪਾਂ ਪਹਿਲਾਂ ਆਨੰਦਪੁਰ ਸਾਹਿਬ ਦਰਸ਼ਨ ਕਰਨੇ ਆ। ਜਿਹੜਾ ਸਾਹਮਣੇ ਪੁਲ ਆ, ਇਹ ਜਾਂਦਾ ਮਨਾਲੀ ਨੂੰ, ਆਪਾਂ ਇੱਧਰੋਂ ਹੀ ਜਾਣਾ ਵਾ। ਪਰ ਪਹਿਲਾਂ ਆਪਾਂ ਦਰਸ਼ਨ ਕਰਨੇ ਆ ਸ਼੍ਰੀ ਆਨੰਦਪੁਰ ਸਾਹਿਬ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ, ਉਹ ਤੋਂ ਬਾਅਦ ਆਪਾਂ ਮਨਾਲੀ ਨੂੰ ਜਾਵਾਂਗੇ। ਇੱਧਰ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਆ, ਅਤੇ ਕੀਰਤਪੁਰ ਸਾਹਿਬ ਵੀ ਆਪਾਂ ਜਿਹਨੂੰ ਕਹਿੰਦੇ ਹਾਂ। ਅਤੇ ਦੋਸਤੋ, ਹਲਕੀ ਹਲਕੀ ਬਾਰਿਸ਼ ਹੋ ਰਹੀ ਆ, ਮੈਨੂੰ ਲੱਗਦਾ ਵੀ ਅੱਗੇ ਵੀ ਆਪਾਂ ਨੂੰ ਮੀਂਹ ਮਿਲ ਸਕਦਾ ਵਾ। ਅਤੇ ਜੇ ਅੱਗੇ ਮੀਂਹ ਮਿਲਿਆ ਤਾਂ ਬੁਰਾ ਹਾਲ ਹੋ ਜੂਗਾ, ਚਿੱਕੜ ਬਹੁਤ ਹੋ ਜਾਣਾ ਵਾ। ਅਤੇ ਬਾਕੀ ਦੇਖਦੇ ਹਾਂ ਅੱਗੇ ਕੀ ਬਣਦਾ ਵਾ। ਪੁਰ ਸਾਹਿਬ ਪਹੁੰਚ ਗਏ ਹਾਂ, ਅਤੇ ਮੈਂ ਫੋਨ ਕੀਤਾ ਸੀ, ਉਹ ਕਿਤੇ ਗਾਹਾਂ ਗਏ ਹੋਏ ਨੇ, ਅੱਗੇ ਗਏ ਹੋਏ ਨੇ, ਉਹਨਾਂ ਦੀ ਵੇਟ ਕਰਨੀ ਪੈਣੀ ਆ।
ਉਹਨਾਂ ਦੀ ਵੇਟ ਕਰਦਾ ਮੈਂ ਉੱਤੇ। ਉਹ ਆ ਗਏ ਆਪਣੇ ਬੰਦੇ, ਉਦੋਂ ਲਾ ਦੇ ਵਧੀਆ 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 ਵੀਰੇ ਵਧੀਆ ਵੀਰੇ। ਆਪਾਂ ਪਹੁੰਚ ਗਏ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਸਾਫ਼ ਸਫਾਈ ਚੱਲ ਰਹੀ ਆ ਸੰਗਤ ਵੱਲੋਂ, ਅਤੇ ਮੌਸਮ ਬਹੁਤ ਸੋਹਣਾ ਹੋਇਆ, ਬੱਦਲ ਹੀ ਬੱਦਲ, ਅਤੇ ਹੋਰ ਸੁੰਦਰ ਲੱਗਣ ਲੱਗ ਗਿਆ ਤਖ਼ਤ ਸਾਹਿਬ। ਅਤੇ ਇੱਧਰ ਪ੍ਰਸ਼ਾਦ ਦੇ ਕਾਊਂਟਰ ਤੋਂ ਮਿਲਦਿਆਂ ਦੇ ਲੈ ਕੇ ਅਤੇ ਅੰਦਰ ਦਰਸ਼ਨ ਕਰਕੇ ਮਿਲਦੇ ਹਾਂ। ਅਲੌਕਿਕ ਨਜ਼ਾਰਾ, ਅਤੇ ਹਲਕੀ ਹਲਕੀ ਬਾਰਿਸ਼ ਹੋਣ ਲੱਗ ਗਈ, ਬਹੁਤ ਸੁੰਦਰ ਬਾਰਿਸ਼ ਹੋਣ ਲੱਗ ਗਈ ਆ, ਅਤੇ ਬਹੁਤ ਸੁੰਦਰ ਲੱਗ ਰਿਹਾ ਤਖ਼ਤ ਸਾਹਿਬ। ਅਤੇ ਸੰਗਤਾਂ ਦੇਖ ਸਕਦੇ ਹੋ, ਅਤੇ ਬਹੁਤ ਸੁੰਦਰ। ਲਓ ਜੀ, ਅਨੰਦਪੁਰ ਸਾਹਿਬ ਤੋਂ ਚਾਲਾ ਪਾਤਾ। ਤਕਰੀਬਨ ਟਾਈਮ ਸਵੇਰ ਦੇ 9 ਵੱਜ ਗਏ ਸੀ, 7 ਵਜੇ ਦੇ ਬੈਠੇ ਹਾਂ। ਬਾਰਿਸ਼ ਲੱਗ ਗਈ ਸੀਗੀ, ਹਜੇ ਵੀ ਮਤਲਬ ਕਣੀਆਂ ਕਣੀਆਂ ਪਈ ਜਾਂਦੀਆਂ ਨੇ, ਪਰ ਘੱਟ ਗਈ ਆ ਬਾਰਿਸ਼। ਅਤੇ ਹੁਣ ਅਸੀਂ ਨਿਕਲੇ ਹਾਂ, ਮਹਾਰਾਜ ਕਿਰਪਾ ਕਰਨਗੇ ਮੀਂਹ ਹਟ ਜਾ, ਅਜੇ ਆਪਾਂ ਦੇਖ ਲਓ। ਮੌਸਮ ਬਹੁਤ ਸੋਹਣਾ ਹੋਇਆ ਹੋਇਆ, ਬਾਰਿਸ਼ ਵਾਲਾ ਮੌਸਮ ਆ, ਸਵੇਰ ਦਾ ਮੀਂਹ ਪਈ ਜਾਂਦਾ ਵਾ। ਕੀਰਤਪੁਰ ਸਾਹਿਬ ਤੋਂ ਜਿਹੜਾ ਆਪਾਂ ਰੋਡ ਚੜ੍ਹਦੇ ਹਾਂ ਉੱਤੇ ਜੀ, ਪੁਲ ਜਿੱਥੇ ਬਣ ਰਿਹਾ ਵਾ ਉੱਥੇ ਹਾਂ। ਤੁਸੀਂ ਹਾਲ ਦੇਖੋ ਮੀਂਹ ਨਾਲ ਕੀ ਹੋ ਗਿਆ ਉਰੇ, ਅਤੇ 2-2 ਫੁੱਟ ਪੁਲ 'ਤੇ ਪਾਣੀ ਖੜ੍ਹਾ ਵਾ, ਬਹੁਤ ਬੁਰਾ ਹਾਲ ਆ, ਬਹੁਤ ਜ਼ਿਆਦਾ ਬੁਰਾ ਹਾਲ ਆ। ਮੌਸਮ ਦੇਖੋ ਕਿਆ ਜ਼ਬਰਦਸਤ ਆ, ਧੁੰਦ ਪਈ ਹੋਈ ਆ ਬਾਰਿਸ਼ ਕਰਕੇ, ਬਹੁਤ ਜ਼ਬਰਦਸਤ ਆ। ਮੈਂ ਸੋਚ ਰਿਹਾ ਸੀ ਮਨਾਲੀ ਜਾ ਕੇ ਕੋਟ ਪਾਉਣੇ ਪੈਣੇ ਆ, ਬਟ ਮੈਨੂੰ ਲੱਗਦਾ ਆ ਸ਼ਾਇਦ ਤੁਰੇ ਨਾ ਪਾਉਂਦੇ ਆ। ਪੂਰਾ ਜ਼ਬਰਦਸਤ ਵਿਊ ਆ, ਪੂਰਾ ਜ਼ਬਰਦਸਤ। ਆਪਣੇ ਪੰਜਾਬੀ ਆਨੰਦ ਮਾਣ ਰਹੇ ਨੇ ਕਰਕੇ, ਪੂਰਾ ਆਨੰਦ ਠੰਡ ਲੱਗਣੀ ਸ਼ੁਰੂ।
ਮੰਡੀ ਤੋਂ ਥੋੜ੍ਹਾ ਜਿਹਾ ਪਿੱਛੇ ਅਤੇ ਬਹੁਤ ਸੁੰਦਰ ਨਜ਼ਾਰਾ ਰੈਸਟੋਰੈਂਟ ਆ ਅਤੇ ਰੈਸਟੋਰੈਂਟ ਇੱਥੇ ਕਉ ਪੀਣ ਰੁਕੇ ਹਾਂ ਕਉ ਆ ਗਿਆ ਮੰਡੀ ਗੁਰਦੁਆਰਾ ਸਾਹਿਬ 'ਚ ਪਹੁੰਚ ਗਏ ਅਤੇ ਅੱਜ ਉਰੇ ਸਟੇ ਕਰਾਂਗੇ ਅਗਲੀ ਯਾਤਰਾ ਕੱਲ੍ਹ ਨੂੰ ਸ਼ੁਰੂ ਕਰਾਂਗੇ ਅਤੇ ਗੁਰਦੁਆਰਾ ਸਾਹਿਬ ਆ ਮੰਡੀ ਦਾ ਅਤੇ ਵਿਸਤਾਰ ਇਤਿਹਾਸ ਦੀ ਵੀਡੀਓ ਅਲੱਗ ਆਊਗੀ ਅਤੇ ਇੱਥੇ ਤੁਹਾਨੂੰ ਸਿਰਫ ਆਲੀ ਵੀਡੀਓ 'ਚ ਸਿਰਫ ਦਰਸ਼ਨ ਕਰਵਾਵਾਂਗੇ ਅਤੇ ਜਿਹੜੀ ਵਿਸਥਾਰ ਇਤਿਹਾਸ ਦੀ ਵੀਡੀਓ ਆ ਉਹ ਅਲੱਗ ਆਊਗੀ ਅਤੇ ਦਰਸ਼ਨ ਕਰੋ Thank you.